ਆ ਦੇਖੋ ਸ਼ਰਾਬੀ ਟਰੱਕ ਚਾਲਕ ਦਾ ਕਾਰਾ ਜਿਸਨੇ ਕਿ ਬਿਜਲੀ ਦੇ ਕਈ ਖੰਭਿਆਂ ਨੂੰ ਟੱਕਰ ਮਾਰ ਦਿੱਤੀ ਤੇ ਇਲਾਕੇ ਦੇ ਵਿੱਚ ਸਾਰੀ ਰਾਤ ਬਿਜਲੀ ਗੁੱਲ ਰਹੀ ਹੈ। ਦੱਸਦੇ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਇੱਕ ਟਰੱਕ ਚਾਲਕ ਨੇ ਟਰੱਕ ਦੇ ਨਾਲ ਕਈ ਬਿਜਲੀ ਦੇ ਖੰਭਿਆਂ ਨੂੰ ਇੱਕ ਇੱਕ ਕਰਕੇ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਇਲਾਕੇ ਦੇ ਵਿੱਚ ਬੱਤੀ ਗੁੱਲ ਹੋ ਜਾਂਦੀ ਹੈ। ਹਾਲਾਂਕਿ ਇਸ ਦੇ ਵਿੱਚ ਚਾਲਕ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਜਾ ਕੇ ਪਤਾ ਚੱਲਿਆ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਇਹ ਚਾਲਕ ਜੋ ਹੈ ਕਾਫੀ ਜ਼ਿਆਦਾ ਧੁੱਤ ਸੀ। ਇਸ ਨੂੰ ਕੋਈ ਵੀ ਅਕਲ ਨਹੀਂ ਸੀ ਕਿ ਆਖਿਰ ਇਹ ਗੱਡੀ ਕਿੱਧਰ ਲੈ ਕੇ ਜਾ ਰਿਹਾ, ਜਿਸ ਤੋਂ ਬਾਅਦ ਇਸਦਾ ਜੋ ਟਰੱਕ ਹੈ ਉਹ ਬੇਕਾਬੂ ਹੋ ਜਾਂਦਾ ਹੈ ਅਤੇ ਉਸ ਤੋਂ ਬਾਅਦ ਇਹ ਇੱਕ ਇੱਕ ਕਰਕੇ ਕਈ ਬਿਜਲੀ ਦੇ ਖੰਭਿਆਂ ਨੂੰ ਟੱਕਰ ਮਾਰ ਦਿੰਦਾ ਹੈ, ਜਿਸ ਦੇ ਵਿੱਚ ਬਿਜਲੀ ਦੇ ਖੰਭੇ ਟੁੱਟ ਕੇ ਸੜਕ 'ਤੇ ਗਿਰ ਜਾਂਦੇ ਨੇ। ਰਾਤ ਨੂੰ 12 ਵਜੇ ਤੋਂ ਬਾਅਦ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ। ਤਾਂ ਲੁਧਿਆਣਾ ਦੇ ਪੱਖੋਵਾਲ ਰੋਡ ਦੇ ਉੱਤੇ ਇਹ ਭਿਆਨਕ ਹਾਦਸਾ ਵਾਪਰਿਆ, ਜਿੱਥੇ ਕਿ ਇੱਕ ਸ਼ਰਾਬ ਦੇ ਨਸ਼ੇ 'ਚ ਧੁੱਤ ਟਰੱਕ ਚਾਲਕ ਨੇ ਇੱਕ ਇੱਕ ਕਰਕੇ ਕਈ ਬਿਜਲੀ ਦੇ ਖੰਭਿਆਂ ਨੂੰ ਟੱਕਰ ਮਾਰੀ, ਜਿਸ ਦੇ ਵਿੱਚ ਬਿਜਲੀ ਦੇ ਖੰਭੇ ਨੁਕਸਾਨੇ ਗਏ ਨੇ। ਤਾਂ ਬਿਜਲੀ ਵਿਭਾਗ ਦਾ ਵੱਡਾ ਨੁਕਸਾਨ ਹੋਇਆ, ਉੱਥੇ ਟਰੱਕ ਚਾਲਕ ਦੇ ਵੀ ਗੰਭੀਰ ਸੱਟਾਂ ਲੱਗੀਆਂ ਨੇ ਅਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਇਹਨਾਂ ਤਸਵੀਰਾਂ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਟੱਕਰ ਕਿੰਨੇ ਭਿਆਨਕ ਤਰੀਕੇ ਦੇ ਨਾਲ ਖੰਭਿਆਂ ਨੂੰ ਮਾਰੀ ਹੋਵੇਗੀ। ਟਰੱਕ ਦਾ ਜੋ ਕੈਬਿਨ ਹੈ ਉਹ ਬਿਲਕੁਲ ਹੀ ਖਤਮ ਹੋ ਚੁੱਕਾ ਹੈ। ਮੌਕੇ ਦੇ ਉੱਤੇ ਹੁਣ JCB ਨੂੰ ਬੁਲਾਇਆ ਗਿਆ ਅਤੇ ਇਸ ਟਰੱਕ ਨੂੰ ਸਾਈਡ ਦੇ ਵਿੱਚ ਕੀਤਾ ਜਾ ਰਿਹਾ। ਉੱਥੇ ਹੀ ਬਿਜਲੀ ਵਿਭਾਗ ਦੇ ਜੋ ਮੁਲਾਜ਼ਮ ਨੇ ਉਹ ਵੀ ਪਹੁੰਚੇ ਹੋਏ ਨੇ ਅਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਿਜਲੀ ਨੂੰ ਸਪਲਾਈ ਕੀਤਾ ਅਤੇ ਨਾਲ ਦੀ ਨਾਲ ਹੁਣ ਖੰਭਿਆਂ ਦੀ ਰਿਪੇਅਰਿੰਗ ਸ਼ੁਰੂ ਕਰ ਦਿੱਤੀ ਗਈ ਹੈ। ਰਾਤ ਨੂੰ ਇਹਦੀ ਡਰਾਈਵਰ ਦੀ ਸ਼ਰਾਬ ਪੀਤੀ ਸੀ, ਇਹਨੂੰ ਕੋਈ ਸੁਰਤੇ ਨਹੀਂ ਸੀਗੀ, ਇਹਨੇ ਗੱਡੀ ਲਿਆ ਕੇ ਖੰਭੇ 'ਚ ਮਾਰੀ ਅਤੇ ਡਿਊਰਨ ਫਰਨੀਚਰ ਦੇ ਬਾਹਰ ਪੱਖਾ ਰੋਡ 'ਤੇ ਖੰਭੇ 'ਚ ਵੱਜਿਆ, ਸਾਰੀਆਂ ਤਾਰਾਂ ਤੂੜਾਂ ਤੋੜਤੀਆਂ। ਮੇਰੇ ਖਿਆਲ ਨਾਲ 200 ਮੀਟਰ ਤੋਂ ਇਹ ਖੰਭਿਆਂ 'ਚ ਵੱਜਦਾ ਆਇਆ ਪਿੱਛੋਂ, ਅਤੇ ਫਿਰ ਇਹਨੂੰ ਇੱਥੇ ਚੱਕ ਕੇ ਇਹਨੂੰ ਹੋਸਪਿਟਲ ਛੱਡਿਆ ਅਤੇ ਇਹਨੂੰ ਕੋਈ ਸੁਰਤ ਨਹੀਂ ਸੀ, ਇਹ ਸਾਰਾ ਡੈਮੇਜ ਹੋ ਗਿਆ। ਸਾਰਾ ਇਲਾਕਾ ਬੰਦ ਸੀਗਾ ਰਾਤ ਦਾ, ਪਰ ਹੁਣ ਲੋਡ ਸ਼ਿਫਟ ਕਰਾਇਆ ਅਤੇ ਸਾਰੇ ਐਕਸ਼ਨ ਸਾਹਿਬ ਨੂੰ, SDO ਨੂੰ ਅਤੇ ਸਾਰਿਆਂ ਨੂੰ ਅਸੀਂ ਨੋਟ ਕਰਵਾ ਕੇ, ਅਤੇ ਜਿਹੜਾ ਕੁਸ਼ਕ ਏਰੀਆ ਜਿਹੜਾ ਉਹ ਬੰਦ ਹੈ ਫਿਲਹਾਲ, ਇਹਨੂੰ ਦੁਪਹਿਰ ਤੱਕ ਚਾਲੂ ਹੋ ਜੂਗਾ। ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਹੋਈ ਆ, ਬੰਦਾ ਬਚ ਗਿਆ ਜੀ? ਬੰਦਾ ਬਚ ਗਿਆ, ਪਰ ਉਹਦੇ ਸੱਟਾਂ ਲੱਗੀਆਂ, ਪਰ ਉਹਨੂੰ ਬਹੁਤ ਬੁਰੀ ਤਰ੍ਹਾਂ ਐਕਸੀਡੈਂਟ ਕੀਤਾ ਉਸ ਬੰਦੇ ਨੇ। ਪਤਾ ਲੱਗਿਆ ਕਿੱਥੋਂ ਆ ਰਹੀ ਸੀ ਗੱਡੀ ਜਾਂ ਕਿੱਥੇ ਜਾ ਰਹੀ? ਬਸ ਇੰਨਾ ਕੀ ਦੱਸਿਆ ਜੀ, ਕਹਿੰਦਾ ਮੈਂ ਫੁੱਲਾਂ ਵਾਲਾ ਚੁੰਗੀ ਤੋਂ ਤੁਰਿਆ, ਸੀਮੈਂਟ ਆ ਇਹਦੇ ਵਿੱਚ, ਅਤੇ ਪਰ ਜਿਹੜੀ ਲਾਈਟ ਦੀ ਸਮੱਸਿਆ ਬੜੀ ਆਈ ਹੋਈ, ਸਾਡਾ ਵਿਕਾਸ ਨਗਰ ਏਰੀਆ, ਪੰਜਾਬ ਮਾਤਾ ਨਗਰ, ਗੋਬਿੰਦ ਨਗਰ ਇਹ ਬੰਦ ਆ, ਪਰ ਵਿਕਾਸ ਨਗਰ ਦਾ ਅਤੇ ਪੰਜਾਬ ਮਾਤਾ ਨਗਰ ਦਾ ਕੁਛ ਏਰੀਆ ਜਿਹੜਾ ਉਹ ਹਲੇ ਨਹੀਂ ਚੱਲਿਆ, ਟਾਈਮ ਲੱਗੂਗਾ ਅਤੇ 2-2:30 ਵਜੇ ਤੱਕ ਉਮੀਦ ਆ। ਅਤੇ ਇਸ ਤਰ੍ਹਾਂ ਤੁਸੀਂ ਦੱਸਿਆ ਪੀਤੀ ਹੋਈ ਸੀ, ਇਹਦੇ ਮਾਲਕਾਂ ਨਾਲ ਕੋਈ ਸੰਪਰਕ ਨਹੀਂ? ਹਲੇ ਕੋਈ ਸੰਪਰਕ ਨਹੀਂ ਹੋਇਆ ਜੀ, ਗੱਡੀ ਖੜੀ ਆ, ਨੰਬਰ ਨੋਟ ਕਰ ਲਿਆ, ਪੁਲਿਸ ਵਾਲਿਆਂ ਨੂੰ ਵੀ ਇਤਲਾਹ ਦੇ ਦਿੱਤੀ ਆ, ਸਾਡੇ ਵਲੰਟੀਅਰ ਵੀ ਲੱਗੇ ਹੋਏ ਆ ਜਿਹੜੇ ਟ੍ਰੈਫਿਕ ਨੂੰ ਡਿਵਰਟ ਕਰਦੇ ਆ, ਟ੍ਰੈਫਿਕ ਖੋਲਤਾ, ਹੈਵੀ ਗੱਡੀਆਂ ਦਾ ਟ੍ਰੈਫਿਕ ਆ ਜਿਹੜਾ ਉਹ ਡਿਵਰਟ ਕਰਤਾ, ਅਤੇ ਅਸੀਂ ਜੋ ਜਿੰਨੀ ਮਦਦ ਕਰ ਸਕਦੇ ਉਹਨੇ ਕਰ। ਸ਼ਰਾਬ ਪੀਤੀ ਸੀ ਬੰਦੇ ਨੇ ਡਰਾਈਵਰ ਦੀ? ਤਕਰੀਬਨ ਉਹਨੂੰ ਸੁਰਤ ਹੀ ਹੈ ਨਹੀਂ ਸੀ, ਕੋਈ ਨਸ਼ੇ ਨੁਸ਼ੇ ਜੀ ਸੀਗਾ। ਇਹ ਘਟਨਾ ਵਾ ਹੈ ਜੀ, 12-12 ਵਜੇ ਦੱਸਦੇ ਆ। ਅੱਛਾ ਜੀ, ਇੱਧਰੋਂ ਫੁੱਲਾਂ ਵਾਲੇ ਪਾਸੇ ਹੋਇਆ ਵਾ ਇਹ। ਅੱਛਾ ਜੀ, ਇੱਥੇ ਜਿਹੜੇ ਮੁੰਡੇ ਨਾਲ ਸੀ ਜਿਹਨਾਂ ਨੇ ਉਹ ਮੁੰਡੇ ਨੂੰ ਕੱਢਿਆ ਵਾ ਬਾਹਰ, ਹਾਂਜੀ, ਉਹ ਦੱਸਦਾ ਕਹਿੰਦਾ ਵੀ 12-1 ਵਜੇ ਉੱਥੋਂ ਤੁਰੇ ਨੇ। ਅੱਛਾ ਜੀ, ਉੱਥੇ ਆ ਕੇ ਪਤਾ ਨਹੀਂ ਤਾਂ ਵੀ ਉਹਦੀ ਅੱਖ ਲੱਗ ਗਈ, ਇਹ ਨਹੀਂ ਪਤਾ ਵੀ ਹੁਣ ਮੂਹਰੋਂ ਕਿਸੇ ਨੂੰ ਬਚਾਉਂਦਾ ਹੋਇਆ ਬੱਚਿਆ, ਹਾਂਜੀ, ਅਤੇ ਉਹ ਖੰਭੇ ਦੇ ਵਿੱਚ ਬਚ ਕੇ ਆ, ਇਸ ਤਰ੍ਹਾਂ ਦਾ ਦੇਖੋ ਇੱਡਾ ਵੱਡਾ ਨੁਕਸਾਨ ਹੋ ਗਿਆ। ਬੰਦਾ ਤਾਂ ਠੀਕ, ਸਹੀ ਸਲਾਮਤ ਹੈ? ਮੁੰਡਾ ਠੀਕ ਆ, ਲੈ ਗਏ ਨੇ ਕੱਢ ਕੇ ਉਹਨੂੰ ਹੋਸਪਿਟਲ ਲੈ ਗਏ। ਅੱਛਾ ਜੀ, ਕਹਿੰਦੇ ਕੋਈ ਨਸ਼ਾ ਨੁਸ਼ਾ ਵੀ ਕੀਤਾ ਹੋਇਆ ਸੀ? ਨਹੀਂ, ਇਹਦੇ ਬਾਰੇ ਹੁਣ ਕੀ ਕਹਿ ਸਕਦੇ ਆਪਾਂ, ਮਿਲੇ ਹੋਈਏ ਫੇਰ ਹੀ ਦੱਸੀਆਂ।
ਸਾਰਿਆਂ ਨੂੰ ਵੱਡੀ ਗੱਲ ਇਹ ਆ ਵੀ ਮਾੜਾ ਬਹੁਤ ਹੋਇਆ, ਨੁਕਸਾਨ ਬਹੁਤ ਹੋਇਆ, ਨੁਕਸਾਨ ਕਾਫੀ ਕਰਤਾ। ਚਲੋ ਪਰਮਾਤਮਾ ਦਾ ਸ਼ੁਕਰ ਆ ਵੀ ਚਾਹੇ ਉਹਦੀ ਅੱਖ ਲੱਗ ਗਈ ਚਾਹੇ ਜਿਵੇਂ ਬੰਦੇ ਨੂੰ ਜਾਨ ਬਚ ਗਈ, ਹਰ ਬੰਦੇ ਦਾ ਆਪਦਾ ਆਪਦਾ ਪਰਿਵਾਰ ਆ, ਪਰਿਵਾਰ ਦੇ ਵਿੱਚ ਠੀਕ ਹੋ ਕੇ ਜਾਵੇ ਅਸੀਂ ਤਾਂ ਇਸ ਗੱਲ ਦੀ ਕਾਮਨਾ ਕਰਦੇ।